ਰੋਪੜ ਦੇ ਪ੍ਰੈਸ ਕਲੱਬ ਵਿਖੇ ਟਰਾਂਸਪੋਰਟਰਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਕਾਫੀ ਸਾਰੇ ਖੁਲਾਸੇ ਜਿਹੜੇ ਹੋਏ ਨੇ। ਧਰਨਾਕਾਰੀ ਰਜਿੰਦਰ ਸਿੰਘ ਘਨੌਲਾ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ, ਉਹ ਗੱਡੀਆਂ ਤੋਂ ਜਬਰੀ ਪੈਸੇ ਵਸੂਲਣ ਦੇ, ਟਰਾਲੇ ਵਾਲਿਆਂ ਤੋਂ ਪੈਸੇ ਲੈਣ ਦੇ ਅਤੇ ਗੱਡੀਆਂ ਦੇ ਕਾਗਜ਼ਾਤ ਖੋਣ ਦੇ, ਅਤੇ ਇਸ ਸੰਬੰਧ ਦੇ ਵਿੱਚ ਅਸੀਂ ਰਜਿੰਦਰ ਸਿੰਘ ਘਨੌਲਾ ਨਾਲ ਫੋਨ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਜਿਹੜੇ ਇਲਜ਼ਾਮ ਸਹੀ ਹੈ ਜਾਂ ਗਲਤ ਹੈ। ਆਹ ਕਾਲ ਲਾਉਂਦੇ ਹਾਂ ਜੀ ਰਜਿੰਦਰ ਸਿੰਘ ਘਨੌਲਾ ਨੂੰ। ਬਿਲਕੁਲ ਰਜਿੰਦਰ ਸਿੰਘ ਘਨੌਲਾ ਇਸ ਵੇਲੇ ਕਿਸੇ ਹੋਰ ਕਾਲ 'ਤੇ ਬਿਜ਼ੀ ਨਜ਼ਰ ਆ ਰਹੇ ਨੇ, ਅਤੇ ਬਿਲਕੁਲ ਜਦੋਂ ਤੱਕ ਕਾਲ ਮਿਲਦੀ ਹੈ ਅਸੀਂ ਗੱਲ ਕਰ ਲੈਂਦੇ ਹਾਂ। ਜਿਹਦੇ ਵਿੱਚ ਬਹੁਤ ਸਾਰੇ ਟਰਾਂਸਪੋਰਟਰ ਆਪਣੀ ਸਮੱਸਿਆ ਲੈ ਕੇ ਆਏ ਸੀਗੇ ਕਿ ਉਹਨਾਂ ਦੀਆਂ ਗੱਡੀਆਂ ਕਾਫੀ ਲੰਬੇ ਸਮੇਂ ਤੋਂ ਕਾਫੀ ਕੰਮ ਨਾ ਹੋਣ ਕਰਕੇ ਕਿਸ਼ਤਾਂ ਟੁੱਟ ਗਈਆਂ। ਜਿਹੜੇ ਸਾਡੇ ਜਿੰਨੇ ਵੀ ਮਕੈਨਿਕ ਹੈ, ਹੋਰ ਬਹੁਤ ਸਾਰੇ ਜਿਹੜੇ ਮੰਦੀ ਦੀ ਮਾਰ ਥੱਲੇ ਜਾ ਰਹੇ ਨੇ, ਅਤੇ ਰਜਿੰਦਰ ਸਿੰਘ ਘਨੌਲਾ ਇਸ ਸਾਰੇ ਇਲਜ਼ਾਮ ਜਿਨ੍ਹਾਂ 'ਤੇ ਲੱਗੇ ਨੇ ਉਹਦੇ ਸੰਬੰਧ ਵਿੱਚ ਫਿਰ ਅਸੀਂ ਕਾਲ ਲਾਉਣ ਲੱਗੇ ਹਾਂ। ਅਤੇ ਕੀ ਕਹਿੰਦੇ ਰਜਿੰਦਰ ਸਿੰਘ ਘਨੌਲਾ, ਸ਼ਾਇਦ ਹੁਣ ਕਾਲ ਲੱਗ ਗਈ ਹੈ। ਹੈਲੋ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਰਜਿੰਦਰ ਸਿੰਘ ਨਾਲ ਜੀ ਗੱਲ ਕਰ ਰਹੇ ਹੋ? ਹਾਂਜੀ ਸਰ, ਰਜਿੰਦਰ ਸਿੰਘ ਜੀ, ਮੈਂ ਰੋਪੜ ਤੋਂ ਸ਼ਮਸ਼ੀਰ ਬੱਗਾ ਗੱਲ ਕਰ ਰਿਹਾ। ਜੀ 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 ਅੱਜ ਨਾ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਇੱਥੇ ਰੋਪੜ ਟਰਾਂਸਪੋਰਟਰਾਂ ਦੀ, ਅਤੇ ਉਹਦੇ ਵਿੱਚ ਨਾ ਤੁਹਾਡੇ ਦੇ ਪੈਸੇ ਜਬਰੀ ਪੈਸੇ ਲੈਣ ਦੇ ਇਲਜ਼ਾਮ ਲਾ ਰਹੇ ਤੁਹਾਡੇ ਤੇ, ਉਹ ਤੁਹਾਡਾ ਕੀ ਕਹਿਣਾ ਇਸ ਸੰਬੰਧ? ਹਾਂਜੀ, ਛਿੰਦੇ ਨਾਲ ਹਾਈ ਕੋਰਟ ਵਿੱਚ ਵੀ ਉਹ ਐਪਲੀਕੇਸ਼ਨ ਲਾਈ ਸੀ। ਜੀ ਜੀ ਵੀ ਲੁੱਟ ਖੋਹ ਕੀਤੀ ਆ ਰਜਿੰਦਰ ਸਿੰਘ ਨਾ। ਜੀ ਜੀ ਜਿਹੜਾ ਮੈਂ ਕਹਿੰਦਾ ਵੀ ਜਿਹੜਾ ਇਹਦਾ ਡਰਾਈਵਰ ਆ ਉਹ ਗੱਡੀ ਡਰਾਈਵਰੀ ਚਲਾਉਂਦਾ ਹੋਊਗਾ ਉਸ ਟਾਈਮ ਜਦੋਂ ਲੁੱਟ ਖੋਹ ਕਰੀ ਉਹਦੇ ਕੋਲੋਂ ਮੈਂ। ਜੀ ਜੀ ਇੱਕ ਤਾਂ ਉਹਨੂੰ ਬੁਲਾਇਆ ਜਾਵੇ ਪੂਰਾ ਪੰਚਾਇਤਾਂ ਵਿੱਚ ਲੋਕਾਂ ਦੇ ਸਾਹਮਣੇ। ਜੀ ਦੂਜਾ ਛਿੰਦੇ ਨੂੰ ਵੀ ਬੁਲਾ ਲਵਾ। ਜੀ ਫਿਰ ਆਪਾਂ ਨੂਰਪੁਰ ਦੇ ਵੀ ਜਾਊਂਗੇ। ਜੀ ਡਰਾਈਵਰ ਆਪਣੇ ਮੁੰਡੇ ਦੀ ਕਸਮ ਖਾ ਲਵਾ, ਛਿੰਦਾ ਆਪਣੇ ਦੀ ਕਸਮ ਖਾ ਲਵਾ ਵੀ ਮੈਂ ਇਹਨਾਂ ਦੇ ਕੋਲ ਤੇ ਗੱਡੀ ਕੋਲ ਦੇ 42,500 ਰੁਪਏ ਲੁੱਟਿਆ। ਜੀ ਕੋਈ ਵੀ ਕੋਰਟ ਨੂੰ ਪ੍ਰੋਸੀਜਰ ਕਰਨ ਦੀ ਲੋੜ ਨੀ ਵੀ ਹਾਂ ਜੀ ਜਬਰਦਸਤੀ ਰੁਜ਼ਗਾਰ ਵੀ ਮੰਗਿਆ ਜਾ ਰਿਹਾ ਟਰੱਕ ਦੀ, ਇਹਦੇ ਤੇ ਕਿਆ ਤੁਹਾਡਾ ਕਹਿਣਾ ਹੈ? ਦੇਖੋ ਜੀ ਪਹਿਲੀ ਗੱਲ ਤਾਂ ਪੋਲੂਸ਼ਨ ਸਭ ਤੋਂ ਵੱਡੀ ਪੋਲੂਸ਼ਨ ਨਹੀਂ, ਜੇ ਅੰਬੂਜਾ 150 ਗੱਡੀ ਭਰ ਦਿੰਦੀ ਹੈ ਤਾਂ ਪ੍ਰਦੂਸ਼ਣ ਤਾਂ ਨੀ ਖਤਮ ਹੋਣ ਲੱਗਿਆ? ਅਸੀਂ ਕਦ ਕਿਹਾ ਅਸੀਂ ਤਾਂ ਕਹਿੰਦੇ ਨੀ, ਅਸੀਂ ਤਾਂ ਕਹਿੰਦੇ ਪਹਿਲਾਂ ਕਮੇਟੀ ਬਣਾਓ ਪ੍ਰਦੂਸ਼ਣ ਦੀ, ਜਿਹੜੀ ਇਲੀਗਲ ਐਕਟੀਵਿਟੀ ਉਹ ਬੰਦ ਕਰੋ। ਅਸੀਂ ਗੱਡੀਆਂ ਤਾਂ ਗੱਲੇ ਨੀ ਕਰਦੇ ਪਹਿਲਾਂ, ਪ੍ਰਦੂਸ਼ਣ ਖਤਮ ਹੋਣ ਦੇ ਬਾਅਦ ਵਿੱਚ ਜੀ ਫਿਰ ਵੀ ਸਾਡੇ ਲੋਕਾਂ ਦਾ ਹੱਕ ਆ ਕੰਮ ਦੇ ਉੱਤੇ। ਤੇ ਦੂਜੀ ਗੱਲ ਕਿ ਤੁਹਾਡੇ ਆਡੀਓ ਜਿਹੜੀ ਵਾਇਰਲ ਹੋਈ ਸੀਗੀ ਪਿੱਛੇ ਜੇ, ਉਹ ਉਹਦੇ ਬਾਰੇ ਕੀ ਤੁਹਾਡਾ ਕਹਿਣਾ ਹੈ ਵੀ ਉਹਦੇ ਕਾ ਤੁਸੀਂ ਮੰਨ ਲਓ? ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਜੀ। ਨਹੀਂ ਬਿਲਕੁਲ ਨਹੀਂ, ਤੁਸੀਂ ਗੱਲ ਨਹੀਂ ਕਹੀ, ਤੁਸੀਂ ਇਹ ਗੱਲ ਕਹੀ ਸੀਗੀ ਵੀ ਆਡੀਓ ਸਾਡੀ ਨਹੀਂ ਹੈਗੀ, ਤੁਸੀਂ ਉਹ ਤਾਂ ਸਪਸ਼ਟ ਸਪਸ਼ਟ ਕਰੋ ਉਹਦਾ। ਜਿਹੜੇ ਬੰਦੇ ਕਹਿੰਦੇ ਆ ਨਾ ਜੀ, ਉਹਨਾਂ ਬੰਦਿਆਂ ਦੇ ਨਾਲ ਹੋ ਕੇ ਆਪਾਂ ਬ੍ਰੈਸਲੈਟ ਵੀ ਮੈਂ ਲੁੱਟਿਆ ਹੋਇਆ ਏ, ਠੀਕ ਹੈ ਜੀ। ਉਹਦੇ ਬਾਅਦ ਵਿੱਚ GPS ਘੜੀ ਵੀ ਲੁੱਟੀ ਵੀ ਆ, ਜਿਹੜੀ GPS ਘੜੀ ਆ ਬਾਕੀ ਕੋਈ ਚੀਜ਼ ਬੋਲਦੀ ਨਹੀਂ, GPS ਘੜੀ ਆਪਣੀ ਲੋਕੇਸ਼ਨ ਦਿੰਦੀ ਆ, ਠੀਕ ਹੈ। ਤੇ ਮੈਂ SSP ਸਾਹਿਬ ਨੂੰ ਕਹਿ ਚੁੱਕਿਆ ਵੀ ਇਹਨਾਂ ਦੀ ਲੋਕੇਸ਼ਨ ਚੈੱਕ ਕਰਾ, ਪਰ ਜਦੋਂ ਉਹ ਨਹੀਂ ਕਰਨਗੇ ਫਿਰ ਸਾਨੂੰ ਧਰਨੇ ਪਰ ਬੈਠਣਾ ਪੈਣਾ, ਜਿਹੜੇ ਮੇਰੇ ਦੋਸ਼ ਇਹਨਾਂ ਦੀ ਜਾਂਚ ਕਰਨ ਲਈ, ਠੀਕ ਹੈ ਜੀ। ਗੱਲ ਇਹ ਹੈ ਜਿਹੜੇ ਬੰਦੇ ਕਹਿੰਦੇ ਆ, ਪੰਚ ਸਰਪੰਚ ਵੀ ਕਹਿੰਦੇ, ਹੋਰ ਵੀ ਕਹਿੰਦੇ ਆ, ਫਿਰ ਧਰਨੇ ਦੇ ਸਾਡੇ ਨਾਲ ਬੈਠਾ ਵੀ ਭਾਈ ਨਾ ਦੋਸ਼ਾਂ ਦੀ ਜਾਂਚ ਕਰੋ, ਟਰਾਲੇ ਲੋਕੇਸ਼ਨ ਕਿੱਥੇ ਆ ਉਹਦੀ ਘੜੀ ਦੀ, ਟਰਾਲੇ ਦੇ ਜਿਹੜੇ ਪੈਸੇ ਦੀ ਆਡੀ ਹੋਗਾ ਉਹਨੂੰ ਸਪਸ਼ਟ ਕਰੋ, ਉਹ ਕਿਆ ਚੱਕਰ ਹੈ, ਕੀ ਨਹੀਂ ਆ, ਕਿਆ ਨਹੀਂ ਹੈ, ਸਾਨੂੰ ਕੀ ਪਤਾ ਜੀ ਕੀ ਗੱਲ ਹੈ ਕੀ ਨਹੀਂ। ਨਹੀਂ ਤੁਹਾਡੇ ਆਡੀਓ ਦੇ ਵਿੱਚ ਤੁਸੀਂ ਮੰਨ ਰਹੇ ਹੋ ਵੀ ਤੁਸੀਂ ਵੀ ਅਸੀਂ ਵੀ ਪੈਸੇ ਲੈਂਦੇ ਹਾਂ, ਵਕੀਲਾਂ ਦੇ ਖਰਚੇ ਹੁੰਦੇ ਆ। ਹੈਲੋ, ਮੈਂ ਕਿਹਾ ਜਿਹੜੇ ਤੁਸੀਂ ਆਡੀਓ ਚ ਮੰਨਦੇ ਆ ਨਾ ਵਕੀਲਾਂ ਦੇ ਖਰਚੇ ਹੁੰਦੇ ਆ ਜਾਂ ਹੋਰ ਹੁੰਦੇ ਆ, ਇਹਦੀ ਸਪਸ਼ਟ ਕਰੋ। ਜਿਹੜੀ
ਸਾਰੀ ਦੁਨੀਆ ਦੇ ਵਿੱਚ ਆਡੀਓ ਰਹੇ, ਤੁਸੀਂ ਆਡੀਓ ਨੂੰ ਮੰਨਦੇ ਰਹੇ ਹੋ, ਕਿਉਂ ਨੀ ਮੰਨ ਰਹੇ ਤੁਸੀਂ ਗੱਲ? ਤੁਸੀਂ ਮੈਨੂੰ ਕੋਈ ਜ਼ਬਰਦਸਤੀ ਮਨਾਉਣਾ ਜੇ ਮੇਰੀ ਤੁਸੀਂ ਜ਼ਬਰਦਸਤੀ ਮਨਾਓਗੇ ਮੈਨੂੰ ਵੀ ਆਹ ਤੁਹਾਡਾ ਡਾਕਾ ਮਾਰਿਆ ਵਾ ਵੀ ਤੁਸੀਂ ਵੀ ਤੁਸੀਂ ਜਿਹੜਾ ਡਾਕਾ ਮਾਰਿਆ ਨਹੀਂ ਜਿਹੜਾ ਡਾਕਾ ਵੱਜਿਆ ਵਾ ਉਹ ਕੀ ਤੁਸੀਂ ਮੈਨੂੰ ਜ਼ਬਰਦਸਤੀ ਮਨਾਓਗੇ ਵੀ ਮੈਂ ਡਾਕਾ ਮਾਰਿਆ ਵਾ ਔਰ ਤੁਸੀਂ ਜਿਹੜੇ ਪੈਸੇ ਆ ਮੈਂ ਜਿਹੜਾ ਕੰਪਨੀ ਦਾ ਮੈਨੇਜਰ ਨਹੀਂ ਆ ਨਾ ਮੈਂ ਮਨਪ੍ਰੀਤ ਫਾਟੀ ਦਾ ਜਿਹੜਾ ਮੈਨੇਜਰ ਆ ਨਾ ਮੈਂ ਯੂਨੀਅਨ ਦਾ ਮੈਨੇਜਰ ਆ ਪੈਸੇ ਦਾ ਮੈਨੇਜਰ ਆ ਪੈਸੇ ਲੈਣ ਦੇਣ ਸੰਬੰਧੀ ਆਡੀਓ ਦੀ ਤੁਸੀਂ ਬਿਲਕੁਲ ਮੰਨਣਾ ਨਹੀਂ ਚਾਹੁੰਦੇ ਟਰੱਕ ਯੂਨੀਅਨ ਦੇ ਬੰਦਿਆਂ ਨਾਲ ਕੁਝ ਕੋ ਬਿਆਨ ਦਰਜ ਕਰਾਏ ਉਹਨਾਂ ਨੂੰ ਐਜ ਇਟ ਦਰਜ ਕੀਤਾ ਜਾਵਾ ਕਿ ਗੁਰਮੁਖ ਸਿੰਘ ਜਿਹੜਾ ਹੈਗਾ ਉਹ ਪੈਸੇ ਖਾਂਦਾ ਫਿਰ ਉਹ ਨੇ ਕਾਰਵਾਈ ਕਿਉਂ ਨਹੀਂ ਕਰੀ ਨਹੀਂ ਆਡੀਓ ਤੁਹਾਡੀ ਹੈ ਨਹੀਂ ਫਿਰ ਇਹਦਾ ਮਤਲਬ ਇਹ ਹੈ ਮੈਨੂੰ ਕੀ ਪਤਾ ਕਿਹੜੀ ਆਡੀਓ ਦੀ ਗੱਲਾਂ ਮੇਰੇ ਕੋਲ ਤਾਂ ਉਹਦਾ ਬਹੁਤ ਆਡੀਓ ਬਣਾ ਬਣਾ ਕੇ ਛੱਡੀ ਜਾ ਰਹੀ ਹੈ ਮੇਰੇ ਪਾਸ ਪਤਾ ਨਹੀਂ ਕਿਹੜੀ ਕਿਹੜੀ ਆਡੀਓ ਛੱਡੀ ਜਾ ਰਹੀ ਮੈਨੂੰ ਤਾਂ ਆਡੀਓ ਨਹੀਂ ਪਤਾ ਕਿਹੜੀ ਆਡੀਓ ਬਿਲਕੁਲ ਜੀ ਤੁਸੀਂ ਇਹ ਤਾਂ ਮਤਲਬ ਇਹ ਹੈ ਵੀ ਤੁਹਾਨੂੰ ਆਡੀਓ ਦਾ ਪਤਾ ਨਹੀਂ ਹੈ ਵੀਡੀਓ ਵੀ ਆਡੀਓ ਵੀ ਪਤਾ ਨਹੀਂ ਕਿਹੜੀ ਕਿਹੜੀ ਬਣਾ ਕੇ ਛੱਡੀ ਜਾ ਰਹੇ ਜੀ ਮੇਰੇ ਤੋਂ ਤਾਂ ਹੁਣ ਵੀ ਅੱਜ ਵੀ ਦੋਸ਼ ਲਾਏ ਆ ਤੁਸੀਂ ਉਹਦੀ ਵੀਡੀਓ ਪਾਈ ਆ ਵੀ ਰਜਿੰਦਰ ਸਿੰਘ ਨੇ 42,500 ਰੁਪਏ ਛਿੰਗੇ ਦੇ ਵੀ ਟੁੱਟੇ ਆ ਉਹ ਫਿਰ ਉਹਨਾਂ ਨੂੰ ਆਪਾਂ ਐ ਕਰਦੇ ਆ ਜੀ ਨੂਰਪੁਰ ਵਿੱਚ ਚੜਾਉਂਦੇ ਆ ਕਿ ਰਜਿੰਦਰ ਸਿੰਘ ਜੇ ਖਾਂਦਾ ਏ ਸਾਰੇ ਜੇ ਤੁਹਾਨੂੰ ਅਸੀਂ ਆਡੀਓ ਸੁਣਾਈਏ ਤਾਂ ਤੁਸੀਂ ਮੰਨ ਸਕਦੇ ਹੋ ਅਸੀਂ ਕਿਉਂ ਮੰਨੀਏ ਜੀ ਜੇ ਸਾਡੀ ਹੈ ਹੀ ਨਹੀਂ ਸੁਣਾ ਦਿੰਦੇ ਨਹੀਂ ਜੇ ਅਸੀਂ ਆਪਾਂ ਸੁਣਾ ਦਈਏ ਤੁਹਾਨੂੰ ਫਿਰ ਪਤਾ ਤੁਸੀਂ ਤਾਂ ਸਪਸ਼ਟ ਕਰ ਸਕਦੇ ਹੋ ਸਾਡੀ ਹੈ ਬਿਲਕੁਲ 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 ਤੇ ਬਿਲਕੁਲ ਤੁਹਾਨੂੰ ਆਡੀਓ ਫਿਰ ਸੁਣਾਉਣ ਦੀ ਕੋਸ਼ਿਸ਼ ਕਰੀਏ ਅਸੀਂ ਫਿਰ ਬਿਲਕੁਲ ਬਿਲਕੁਲ ਸੁਣਾਓ ਤੁਸੀਂ ਠੀਕ ਹੈ ਮੈਂ ਤੁਹਾਨੂੰ ਆਡੀਓ ਸੁਣਾ ਦਿੰਦਾ ਕੋਈ ਗੱਲ ਨਹੀਂ ਹੁਣ ਰਜਿੰਦਰ ਸਿੰਘ ਨਾਲ ਲਾ ਲਓ ਦੇਖਦੇ ਹਾਂ ਵੀ ਜਿਹੜੀ ਆਡੀਓ ਸਾਡੇ ਕੋਲ ਜਿਹੜੀ ਆਈ ਹੈ ਉਹਦੇ ਬਾਰੇ ਸਪਸ਼ਟ ਜਵਾਬ ਦਿੰਦੇ ਜਾਂ ਨਹੀਂ ਦਿੰਦੇ ਬੈਲ ਜਾ ਰਹੀ ਹੈ ਹਾਂ ਵਟਸਐਪ ਕਾਲ ਹੈ ਨੋ ਰਿਸਪੋਂਸ ਨਹੀਂ ਦੇ ਰਿਹਾ ਇੱਕ ਵਾਰ ਦੁਬਾਰਾ ਫਿਰ ਲਾ ਦਿੰਦੇ ਹਾਂ ਇੱਕ ਵਾਰ ਅਸੀਂ ਫਿਰ ਲਾਉਣ ਲੱਗੇ ਜੀ ਜੇ ਤਾਂ ਉਹ ਲੱਗਦਾ ਵੀ ਕਿਸੇ ਹੋਰ ਕਾਲ 'ਤੇ ਵੀ ਵਿਅਸਤ ਦੁਬਾਰੇ ਹਾਂਜੀ ਫੋਨ ਲੱਗ ਚੁੱਕਿਆ ਰਜਿੰਦਰ ਸਿੰਘ ਘਨੌਲਾ ਨੂੰ ਜਿਨ੍ਹਾਂ 'ਤੇ ਕਾਫੀ ਸਾਰੇ ਇਲਜ਼ਾਮ ਹੈ ਆਡੀਓ ਆਪਾਂ ਸੁਣਾਉਣ ਨੂੰ ਤਿਆਰ ਪਰ ਤਿਆਰ ਬੈਠੇ ਹਾਂ ਜੀ ਕਿਉਂਕਿ ਉਸ ਉਹਨਾਂ ਨੇ ਮੰਨਿਆ ਵੀ ਸਾਨੂੰ ਆਡੀਓ ਸੁਣਾਈ ਜਾਵੇ ਪਰ ਲੇਕਿਨ ਹੁਣ ਰਜਿੰਦਰ ਸਿੰਘ ਘਨੌਲਾ ਫੋਨ ਚੱਕ ਨਹੀਂ ਰਹੇ ਕਿਉਂਕਿ ਆਡੀਓ ਜਿਹੜੀ ਹੈ ਬਿਲਕੁਲ ਸਪਸ਼ਟ ਹੋ ਚੁੱਕੀ ਹੈ ਸਾਰੇ ਜਿਹੜੇ ਬਿਲਕੁਲ ਉਹਦੀ ਆਵਾਜ਼ ਨੂੰ ਸਾਰੇ ਲੋਕ ਇਲਾਕੇ ਦੇ ਭਲੀ ਭਾਂਤੀ ਜਾਣਦੇ ਆ ਵੀ ਇਹ ਰਜਿੰਦਰ ਸਿੰਘ ਘਨੌਲਾ ਦੀ ਆਵਾਜ਼ ਹੈ ਬੇਸ਼ੱਕ ਜਿਹੜੀ ਚੈਕਿੰਗ ਲਈ ਪੁਲਿਸ ਵੱਲੋਂ ਵੀ ਭੇਜ ਦਿੱਤੀ ਗਈ ਹੈ ਅਸੀਂ ਸਿਸਟਰ ਪਵਨ ਚੌਧਰੀ ਵੱਲੋਂ ਵੀ ਦੱਸਿਆ ਗਿਆ ਕਿ ਇਹਦੀ ਜਿਹੜੀ ਆਡੀਓ ਹੈ ਉਸ ਉਹਨਾਂ ਨੂੰ ਅੱਗੇ ਭੇਜ ਦਿੱਤੀ ਗਈ ਹੈ ਚੈਕਿੰਗ ਲਈ ਪਰ ਲੇਕਿਨ ਰਜਿੰਦਰ ਸਿੰਘ ਘਨੌਲਾ ਮੰਨ ਨਹੀਂ ਰਹੇ ਵੀ ਮੇਰੀ ਆਡੀਓ ਹੈ ਅਸੀਂ ਤੁਹਾਨੂੰ ਫਿਰ ਸੁਣਾਉਣ ਲੱਗੇ ਆਡੀਓ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਵੀਰ ਬੋਲਦਾ ਜੀ ਸੱਤੀ ਬੋਲਦਾ ਜੀ ਹਾਂਜੀ ਹਾਂਜੀ ਮੈਂ ਕਿਹਾ ਜੀ ਆਹ 1000 ਰੁਪਏ ਪੇਮੈਂਟ ਕੱਟ ਕੇ ਪਾ ਰਹੇ ਪਰ ਚੱਕਰ ਦੀ ਖਾਸ ਦੀ ਪਰਚੀ ਕੱਟ ਰਹੇ ਆ ਤੁਸੀਂ ਕਾਹਦੀ ਕੱਟ ਰਹੇ ਸਾਨੂੰ ਤਾਂ ਦੱਸਿਆ ਹੀ ਨੀ ਕਿਸੇ ਨੇ ਜੀ ਨਹੀਂ ਜੀ ਫਿਰ ਪਹਿਲਾਂ ਦੱਸਣਾ ਚਾਹੀਦਾ ਅਸੀਂ ਕਾਹਨੂੰ ਚੱਕਰ ਲਾਣਾ ਜੀ ਦੇਖੋ ਜੀ ਰਜਿੰਦਰ ਸਿੰਘ ਘਨੌਲਾ ਦੀ ਆਵਾਜ਼ ਦੀ ਗੱਲ ਕਰ ਰਹੇ ਹੋ ਆਪਾਂ ਵੀ ਆਵਾਜ਼ ਹੈ ਜਾਂ ਨਹੀਂ ਅਸੀਂ ਦੋਨੇ ਵਾਜਾਂ ਸੁਣਾ ਦੇ ਹੁਣ ਗੱਲ ਵੀ ਅਸੀਂ ਰਜਿੰਦਰ ਸਿੰਘ ਘਨੌਲਾ ਨਾਲ ਕਰੀ ਹੈ ਤੇ ਅਸੀਂ ਇਹਨਾਂ ਦੀ ਜਿਹੜੀ ਆਡੀਓ ਵੀ ਸੁਣਾਤੀ ਜਿਹੜੀ ਵਾਇਰਲ ਹੋਈ ਹੈ ਫਿਰ ਸੁਣਾਈਏ
ਫਿਰ ਪੁਲਿਸ ਆ ਗਈ। ਨਹੀਂ ਜੀ ਮੈਨੂੰ ਨਹੀਂ, ਸਾਰੇ ਟਰਾਲੇ ਵਾਲੇ ਰੋਲਾ ਪਾ ਰਹੇ, ਮੈਨੂੰ ਤੇ ਫੋਨ ਆਇਆ ਮੇਰੇ ਪੈਸੇ ਪਏ ਖਾਤੇ ਚ, 2000 ਰੁਪਏ ਕੱਟ ਗਏ ਪਿਆ। ਤੇਰਾ ਦੋ ਟਰਾਲੇ ਹੋਣੇ ਫਿਰ? ਹਾਂ दफ्तर आज आप भी आ जाते जी, फिर गल दफ्तर करना जाएगा। हां जी यूनियन दफ्तर करना इतनी अपना आटा बैठ दे पूरा बैठ कर गल करो सही बंद बस आह गल ना हुण ठीक है जी। नहीं पर्ची पुर्ची तो नहीं कोई मिलनी जी? ना जी कोई 10,000 रुपए का अपने फैन कर ट्राले ओदी पर्ची जी मिलूंगी कोई ਬੰਦੇ ਦਾ? ਮੈਨੂੰ ਫੋਨ ਆਇਆ ਤਾਂ ਖੈੜ ਤੇ ਮੈਂ ਵੀ ਉੱਥੇ ਤਾਂ ਪੰਮੂ ਵੀ ਉੱਥੇ ਤਾਂ ਦੂਆ ਕਿਆ ਨੋ ਤੁਸੀਂ ਫੜਿਆ ਦਾ? ਹਾਂਜੀ ਅੱਛਾ ਉਹ ਬੰਦੇ ਨੇ ਖਾਤੇ ਖਾਤੇ ਕੌਣ ਕਰ ਰਿਹਾ ਇਸ ਟਾਈਮ ਸਾਰੇ? ਹਾਂਜੀ ਵਕੀਲਾਂ ਦੇ ਖਾਤੇ ਕੌਣ ਦੇ ਰਹੇ ਆ? ਨਹੀਂ ਖਾਤੇ ਦੇ ਰਹੇ ਸਾਨੂੰ। ਹਾਂਜੀ ਨਹੀਂ ਤੁਸੀਂ ਪੈਸੇ ਦਿੱਤੇ ਖਾਤੇ ਵਾਸਤੇ? ਨਹੀਂ ਕੌਣ ਕਿਹਨੇ ਦਿੱਤੇ ਤੁਸੀਂ? ਅਸੀਂ ਤਾਂ ਲੰਗਰ ਵੀ ਲਾਤਾ ਤੁਹਾਡਾ ਯੂਨੀਅਨ ਖਾਤਰ ਉੱਥੇ ਜੀ, फिर गल दसनी तो चाहिए जी पहला बंदे नहीं सर किसी नु नहीं दसी। चलो गलती होगी अगे याद रखियो। हां जी दसना चलो अगे नु क्या ला ढोना ही नहीं है जब अगे नु क्या याद रखना फिर जी ठीक है ना जी। ए 1000 रुपए का मसले का दसो सारा भावे जो मर्जी जाए जी 1000 रुपए का दसो कि 1000 रुपया कटना अभी हाँ जी लॉस कर दो ना फिर पता क्या ए जी रोला पाता हरेक मनु रोला कोई हाँ जी दसना जरूरी है जरूर दसो। हाँ जी बिलकुल जी जो तुम सुन ली आडियो बिलकुल सारी आडियो जी आडियो जी वायरल हो रही है सारे पास आई हुई है पर लेकिन जदों उन्होंने बार बार पूछा जा रहा कि इसकी कोई पर्ची नहीं दी जा रही है इसका कितने पैसा खर्चा किया जा रहा है ये बारे बिल्कुल वकीलों का नाम लेके जो इस बिल्कुल गल टालिया जा रहा तो ये रजिंदर सिंह कनौला के नाल सानू जिहड़ी सानू आडियो मिली सी तो गलबात भी की है तो पता नहीं किन्ने पैसे इकट्ठे हुण तक कर चुके हैं रजिंदर सिंह कनौला ये बारे लोगों के आम चर्चा जी चल रही लोगों के।